ਸਤਿ ਸ਼੍ਰੀ ਅਕਾਲ ਜੀ, ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਕੌਰ ਗਿੱਲ। ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ ਤੇ। ਜੁਲਾਈ ਮਹੀਨੇ ਬੇਰੁਜ਼ਗਾਰੀ ਦਰ 6.4% ਤੇ ਰਹੀ ਬਰਕਰਾਰ। ਅਰਥਚਾਰੇ ਨੇ ਗਵਾਈਆਂ 2800 ਨੌਕਰੀਆਂ। ਕੈਨੇਡਾ ਦੇ ਵਿੱਚ ਦਾਖਲ ਹੋਣ ਵਾਲਿਆਂ ਲਈ ਵੱਡੀ ਖਬਰ, ਮੋਬਾਈਲ ਲੈਪਟਾਪ ਦੀ ਤਲਾਸ਼ੀ ਨੂੰ ਗੈਰ ਸੰਵਿਧਾਨਿਕ ਕੀਤਾ ਕਰਾਰ। ਲੈਥਬ੍ਰਿਜ ਦੇ ਵਿੱਚ ਕਿਰਾਏ ਦੀਆਂ ਕੀਮਤਾਂ 'ਚ ਹੋ ਰਿਹਾ ਵਾਧਾ, ਲਗਭਗ 20% ਦਾ ਵਾਧਾ ਕੀਤਾ ਗਿਆ ਦਰਜ। ਪਾਈਨ ਗਰੂਵ ਸੁਧਾਰ ਕੇਂਦਰ 'ਚ ਚੱਲ ਰਹੀ ਭੁੱਖ ਹੜਤਾਲ, ਜੇਲ੍ਹ ਦੇ ਵਿੱਚ ਮਹਿਲਾ ਕੈਦੀਆਂ ਨੇ ਸ਼ੁਰੂ ਕੀਤੀ ਭੁੱਖ ਹੜਤਾਲ। ਹੁਣ ਖਬਰਾਂ ਵਿਸਥਾਰ ਦੇ ਨਾਲ। ਜੁਲਾਈ ਮਹੀਨੇ ਦੇ ਵਿੱਚ ਕੈਨੇਡਾ ਦੀ ਬੇਰੁਜ਼ਗਾਰੀ ਦਰ 6.4% ਤੇ ਬਰਕਰਾਰ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੁਲਾਈ ਵਿੱਚ ਬੇਰੁਜ਼ਗਾਰੀ ਦਰ ਵਿੱਚ ਕੋਈ ਬਦਲਾਅ ਨਹੀਂ ਹੋਇਆ ਸੀ, ਹਾਲਾਂਕਿ ਨੌਜਵਾਨਾਂ ਲਈ ਬੇਰੁਜ਼ਗਾਰੀ ਦੀ ਦਰ ਲਗਾਤਾਰ ਵੱਧ ਰਹੀ ਹੈ। ਲਗਾਤਾਰ 3 ਮਹੀਨੇ ਲਈ ਫਲੈਟ ਜੌਬ ਨੰਬਰ ਰਿਹਾ। ਸਟੈਟਿਸਟਿਕਸ ਕੈਨੇਡਾ ਦੇ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਲੰਘੀ ਜੁਲਾਈ ਮਹੀਨੇ ਕੈਨੇਡੀਅਨ ਅਰਥਚਾਰੇ ਵਿੱਚ 2800 ਨੌਕਰੀਆਂ ਖਤਮ ਹੋਈਆਂ, ਜਦਕਿ ਬੇਰੁਜ਼ਗਾਰੀ ਦਰ 6.4% ਤੇ ਬਰਕਰਾਰ ਰਹੀ। ਥੋਕ ਅਤੇ ਪ੍ਰਚੂਨ ਖੇਤਰ ਵਿੱਚ ਨੌਕਰੀਆਂ ਵਿੱਚ ਗਿਰਾਵਟ ਆਈ ਅਤੇ ਕੁੱਲ 44,000 ਨੌਕਰੀਆਂ ਖਤਮ ਹੋ ਗਈਆਂ, ਜਦਕਿ ਵਿੱਤ, ਇੰਸ਼ੋਰੈਂਸ, ਰੀਅਲ ਅਸਟੇਟ ਅਤੇ ਰੈਂਟਲ ਤੇ ਲੀਜ਼ਿੰਗ ਸੈਕਟਰਾਂ ਵਿੱਚ 15,000 ਨੌਕਰੀਆਂ ਸਮਾਪਤ ਹੋਈਆਂ। ਲੋਕ ਪ੍ਰਸ਼ਾਸਨ, ਆਵਾਜਾਈ ਤੇ ਵੇਅਰਹਾਊਸ ਅਤੇ ਯੂਟਿਲਿਟੀ ਖੇਤਰ ਵਿੱਚ ਨੌਕਰੀਆਂ ਵਿੱਚ ਵਾਧਾ ਦਰਜ ਹੋਇਆ। ਜੁਲਾਈ 'ਚ ਪ੍ਰਾਈਵੇਟ ਸੈਕਟਰ ਦੇ ਮੁਲਾਜ਼ਮਾਂ ਦੀ ਗਿਣਤੀ 'ਚ 42,000 ਦੀ ਕਮੀ ਆਈ ਹੈ। ਹਾਲਾਂਕਿ ਬੀਤੇ ਸਾਲ ਇਸ ਸਮੇਂ ਦੇ ਮੁਕਾਬਲੇ ਪ੍ਰਾਈਵੇਟ ਸੈਕਟਰ ਦੇ ਰੁਜ਼ਗਾਰ ਵਿਕਾਸ 'ਚ 0.6% ਦਾ ਵਾਧਾ ਦਰਜ ਹੋਇਆ। ਪਬਲਿਕ ਸੈਕਟਰ ਦੇ ਮੁਲਾਜ਼ਮਾਂ ਦੀ ਗਿਣਤੀ ਵਿੱਚ 41,000 ਦਾ ਵਾਧਾ ਹੋਇਆ ਅਤੇ 12 ਮਹੀਨੇ ਪਹਿਲਾਂ ਦੇ ਮੁਕਾਬਲੇ ਰੁਜ਼ਗਾਰ ਵਿਕਾਸ ਵਿੱਚ 4.8% ਵਾਧਾ ਹੋਇਆ। ਸਾਲ ਦਰ ਸਾਲ ਪੱਧਰ 'ਤੇ ਜੁਲਾਈ ਮਹੀਨੇ ਔਸਤ ਘੰਟਾਵਾਰ ਤਨਖਾਹ $34.97 ਦਰਜ ਹੋਈ ਹੈ, ਜੋ ਕਿ 5.2% ਦਾ ਵਾਧਾ ਦਰਸਾਉਂਦੀ ਹੈ। ਕੈਨੇਡਾ ਵਿੱਚ ਪੈਦਾ ਹੋਏ ਲੋਕਾਂ ਦੀ ਤੁਲਨਾ ਵਿੱਚ ਹਾਲ ਹੀ ਦੇ ਪ੍ਰਵਾਸੀਆਂ ਲਈ ਬੇਰੁਜ਼ਗਾਰੀ ਦਰ ਵਿੱਚ ਵਾਧਾ ਹੋਇਆ ਅਤੇ ਇਸ ਵਿੱਚ ਵੀ ਪ੍ਰਵਾਸੀ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋਏ। ਜੁਲਾਈ ਦੌਰਾਨ ਹਾਲੀਆ ਪ੍ਰਵਾਸੀਆਂ ਵਿੱਚ ਬੇਰੁਜ਼ਗਾਰੀ ਦਰ 22.8% ਦਰਜ ਹੋਈ, ਜੋ ਕਿ ਇੱਕ ਸਾਲ ਪਹਿਲਾਂ ਦੀ ਦਰ ਵਿੱਚ 8.6% ਵਾਧਾ ਹੈ। 15-24 ਸਾਲ ਦੇ ਨੌਜਵਾਨਾਂ ਦੀ ਬੇਰੁਜ਼ਗਾਰੀ ਦਰ ਜੁਲਾਈ ਵਿੱਚ 14.2% ਦਰਜ ਹੋਈ, ਜੋ ਕਿ ਬੀਤੇ ਮਹੀਨੇ ਨਾਲੋਂ 0.7% ਅੰਕ ਵੱਧ ਹੈ ਅਤੇ ਸਤੰਬਰ 2012 ਤੋਂ ਬਾਅਦ ਦੇਖੀ ਗਈ ਸਭ ਤੋਂ ਉੱਚੀ ਦਰ ਹੈ। ਅਰਥਸ਼ਾਸਤਰੀ ਬੇਰੁਜ਼ਗਾਰੀ ਦੀ ਦਰ ਵਧਣ ਦੀ ਉਮੀਦ ਕਰ ਰਹੇ ਸਨ, ਕਿਉਂਕਿ ਲੇਬਰ ਮਾਰਕੀਟ ਤੇਜ਼ੀ ਨਾਲ ਆਬਾਦੀ ਦੇ ਵਾਧੇ ਨੂੰ ਜਜ਼ਬ ਕਰਨ ਲਈ ਸੰਘਰਸ਼ ਕਰ ਰਹੀ ਸੀ। ਕੈਨੇਡਾ ਦੇ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੇ ਮੋਬਾਈਲ ਤੇ ਲੈਪਟਾਪ ਦੀ ਤਲਾਸ਼ੀ ਲੈਣਾ ਗੈਰ ਸੰਵਿਧਾਨਿਕ ਕਰਾਰ ਕਰ ਦਿੱਤਾ ਗਿਆ ਹੈ। ਅਮਰੀਕਾ ਦੇ ਸੰਸਦ ਮੈਂਬਰਾਂ ਨੇ ਇਹ ਵੀ ਕਿਹਾ ਸੀ ਕਿ ਫੋਨ, ਸਮਾਰਟਫੋਨ ਜਾਂ ਲੈਪਟਾਪ ਦੀ ਤਲਾਸ਼ੀ ਲੈਣ ਤੋਂ ਪਹਿਲਾਂ ਵਾਰੰਟ ਲਾਜ਼ਮੀ ਤੌਰ 'ਤੇ ਹਾਸਲ ਕੀਤਾ ਜਾਣਾ ਚਾਹੀਦਾ ਹੈ ਅਤੇ ਹੁਣ ਤੱਕ ਬਾਰਡਰ ਏਜੰਟਾਂ ਨੇ 11,000 ਫੋਨ ਜਾਂ ਫਿਰ ਲੈਪਟਾਪਾਂ ਦੀ ਤਲਾਸ਼ੀ ਲੈ ਲਈ ਹੈ ਅਤੇ ਹੁਣ ਇਸ ਨੂੰ ਗੈਰ ਸੰਵਿਧਾਨਿਕ ਕਰਾਰ ਦੇ ਦਿੱਤਾ ਗਿਆ ਹੈ। ਕੈਨੇਡਾ 'ਚ ਦਾਖਲ ਹੋਣ ਵਾਲਿਆਂ ਦੇ ਮੋਬਾਈਲ ਫੋਨ ਜਾਂ ਲੈਪਟਾਪ ਦੀ ਤਲਾਸ਼ੀ ਵਾਲਾ ਕਾਨੂੰਨ ਗੈਰ ਸੰਵਿਧਾਨਿਕ ਕਰਾਰ ਦਿੰਦਿਆਂ ਓਨਟਾਰੀਓ ਦੀ ਅਪੀਲ ਅਦਾਲਤ ਨੇ ਟਰੂਡੋ ਸਰਕਾਰ ਨੂੰ 6 ਮਹੀਨੇ ਦੇ ਅੰਦਰ ਨਵਾਂ ਕਾਨੂੰਨ ਲਿਆਉਣ ਦੀ ਹਦਾਇਤ ਦਿੱਤੀ ਹੈ।
ਚੀਫ ਜਸਟਿਸ ਮਾਈਕਲ ਟਰਕ ਨੇ ਆਪਣੇ 114 ਸਫ਼ਿਆਂ ਦੇ ਫੈਸਲੇ ਵਿੱਚ ਕਿਹਾ ਕਿ ਮੁਲਕ ਦਾ ਬਾਰਡਰ ਕੋਈ ਚਾਰਟਰ ਮੁਕਤ ਜ਼ੋਨ ਨਹੀਂ ਅਤੇ ਇੱਥੇ ਆਪਣੀ ਮਨਮਰਜ਼ੀ ਨਹੀਂ ਕੀਤੀ ਜਾ ਸਕਦੀ। ਅਦਾਲਤ ਦਾ ਕਹਿਣਾ ਸੀ ਕਿ ਮੁਸਾਫਰਾਂ ਦੇ ਫੋਨ, ਟੈਬਲੇਟ ਜਾਂ ਲੈਪਟਾਪ ਦੀ ਤਲਾਸ਼ੀ ਲੈਣ ਦਾ ਵੱਡਾ ਕਾਰਨ ਹੋਣਾ ਚਾਹੀਦਾ ਹੈ ਅਤੇ ਅਜਿਹੇ ਵਿੱਚ ਮੌਜੂਦਾ ਕਾਨੂੰਨ ਸਿੱਧੇ ਤੌਰ 'ਤੇ ਲੋਕਾਂ ਦੇ ਬੁਨਿਆਦੀ ਹੱਕਾਂ ਦੀ ਉਲੰਘਣਾ ਕਰਦਾ ਹੈ। ਚਾਰਟਰ ਆਫ ਰਾਈਟਸ ਐਂਡ ਫਰੀਡਮ ਅਧੀਨ ਨਿੱਜੀ ਵਸਤਾਂ ਦੀ ਗੈਰ ਜ਼ਰੂਰੀ ਤਲਾਸ਼ੀ ਲੈਣੀ ਬਿਲਕੁਲ ਵੀ ਵਾਜਬ ਨਹੀਂ। ਕਾਨੂੰਨ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਫੈਡਰਲ ਸਰਕਾਰ ਅਦਾਲਤੀ ਫੈਸਲੇ ਵਿਰੁੱਧ ਸੁਪਰੀਮ ਕੋਰਟ ਜਾ ਸਕਦੀ ਹੈ, ਪਰ ਫਿਲਹਾਲ ਕੋਈ ਟਿੱਪਣੀ ਸਾਹਮਣੇ ਨਹੀਂ ਆਈ। ਕੈਨੇਡਾ ਦੀ ਤਰਜ਼ 'ਤੇ ਅਮੈਰੀਕਾ ਵਿੱਚ ਵੀ ਅਦਾਲਤਾਂ ਵੱਲੋਂ ਇਸ ਮੁੱਦੇ 'ਤੇ ਅਹਿਮ ਫੈਸਲੇ ਸੁਣਾਏ ਜਾ ਚੁੱਕੇ ਨੇ। ਬੀਤੇ ਦਿਨੀ ਇੱਕ ਫੈਡਰਲ ਜੱਜ ਨੇ ਕਿਹਾ ਕਿ ਬਾਰਡਰ 'ਤੇ ਮੋਬਾਈਲ ਫੋਨ ਜਾਂ ਲੈਪਟਾਪ ਦੀ ਤਲਾਸ਼ੀ ਸਿੱਧੇ ਤੌਰ 'ਤੇ ਪ੍ਰਾਈਵੇਸੀ ਦੀ ਉਲੰਘਣਾ ਕਰਦੀ ਹੈ ਅਤੇ ਅਜਿਹੀਆਂ ਤਲਾਸ਼ੀਆਂ ਅਕਸਰ ਸੰਬੰਧਿਤ ਸ਼ਖਸ ਦਾ ਮਨ ਪੜਨ ਵਾਸਤੇ ਕੀਤੀਆਂ ਜਾਂਦੀਆਂ ਨੇ। ਅਮਰੀਕੀ ਅਦਾਲਤ ਦਾ ਇਹ ਫੈਸਲਾ ਨਿਊਯਾਰਕ ਦੇ ਜੌਨ ਐਫ ਕੈਨੇਡੀ ਇੰਟਰਨੈਸ਼ਨਲ ਏਅਰਪੋਰਟ 'ਤੇ ਵਾਪਰੇ ਘਟਨਾਕ੍ਰਮ ਦੇ ਸੰਬੰਧ ਵਿੱਚ ਆਇਆ, ਜਿਸ ਦੌਰਾਨ ਇੱਕ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਇੱਕ ਅਮਰੀਕੀ ਨਾਗਰਿਕ ਨੂੰ ਰੋਕਦਿਆਂ ਉਸ ਕੋਲ ਮੌਜੂਦ ਹਰ ਚੀਜ਼ ਦੀ ਡੂੰਘਾਈ ਨਾਲ ਤਲਾਸ਼ੀ ਲਈ। ਸ਼ੱਕ ਜ਼ਾਹਿਰ ਕੀਤਾ ਗਿਆ ਕਿ ਅਮਰੀਕੀ ਨਾਗਰਿਕ ਚਾਈਲਡ ਸੈਕਸ ਐਬਿਊਜ਼ ਦਾ ਖਰੀਦਦਾਰ ਜਾਂ ਅਜਿਹੀ ਸਮੱਗਰੀ ਰੱਖਣ ਵਾਲਾ ਹੋ ਸਕਦਾ ਹੈ। ਬਾਰਡਰ ਅਫਸਰਾਂ ਨੇ ਉਸ ਕੋਲੋਂ ਮੋਬਾਈਲ ਫੋਨ ਦਾ ਪਾਸਵਰਡ ਹਾਸਲ ਕਰਦਿਆਂ 4 ਵੀਡੀਓਜ਼ ਬਰਾਮਦ ਕੀਤੀਆਂ, ਪਰ ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਦੀ ਅਦਾਲਤ ਨੇ ਅਮਰੀਕੀ ਨਾਗਰਿਕ ਵੱਲੋਂ ਦਾਇਰ ਅਰਜ਼ੀ ਨੂੰ ਨਾ ਕਰਦਿਆਂ ਸਿੱਟਾ ਕੱਢਿਆ ਕਿ ਬਗੈਰ ਵਾਰੰਟਾਂ ਤੋਂ ਮੋਬਾਈਲ ਫੋਨ ਜਾਂ ਲੈਪਟਾਪ ਦੀ ਤਲਾਸ਼ੀ ਲੈਣੀ ਸੰਵਿਧਾਨਿਕ ਹੱਕਾਂ ਦੀ ਉਲੰਘਣਾ ਕਰਦੀ ਹੈ। ਇੱਥੇ ਦੱਸਣਾ ਬਣਦਾ ਹੈ ਕਿ 2019 ਵਿੱਚ ਮੈਸਾਚਿਊਸੈਟਸ ਦੀ ਜ਼ਿਲ੍ਹਾ ਅਦਾਲਤ ਵੱਲੋਂ ਸ਼ੱਕ ਦੇ ਆਧਾਰ 'ਤੇ ਕੌਮਾਂਤਰੀ ਮੁਸਾਫਰਾਂ ਦੇ ਸਮਾਰਟਫੋਨ ਜਾਂ ਲੈਪਟਾਪ ਦੀ ਤਲਾਸ਼ੀ ਨੂੰ ਅਮਰੀਕੀ ਸੰਵਿਧਾਨ ਦੀ 4th ਸੋਧ ਦੀ ਉਲੰਘਣਾ ਕਰਾਰ ਦਿੱਤਾ ਗਿਆ, ਪਰ 2021 ਵਿੱਚ ਉੱਚ ਅਦਾਲਤ ਨੇ ਇਹ ਫੈਸਲਾ ਲਾਂਭੇ ਕਰ ਦਿੱਤਾ। ਅਮੈਰੀਕਨ ਸਿਵਲ ਲਿਬਰਟੀਜ਼ ਯੂਨੀਅਨ ਅਤੇ ਇਲੈਕਟ੍ਰੋਨਿਕ ਫਰੰਟੀਅਰ ਫਾਊਂਡੇਸ਼ਨ ਵਰਗੀਆਂ ਜਥੇਬੰਦੀਆਂ ਕਈ ਸਾਲ ਤੋਂ ਬਾਰਡਰ ਅਫਸਰਾਂ ਦੀਆਂ ਇਹਨਾਂ ਅਬਹੁਦਰੀਆਂ ਵਿਰੁੱਧ ਆਵਾਜ਼ ਉਠਾਉਂਦੀਆਂ ਆ ਰਹੀਆਂ ਨੇ। 2017 ਵਿੱਚ ਅਮਰੀਕਾ ਦੇ ਸੰਸਦ ਮੈਂਬਰਾਂ ਨੇ ਕਿਹਾ ਸੀ ਕਿ ਫੋਨ, ਸਮਾਰਟਫੋਨ ਜਾਂ ਲੈਪਟਾਪ ਦੀ ਤਲਾਸ਼ੀ ਲੈਣ ਤੋਂ ਪਹਿਲਾਂ ਵਾਰੰਟ ਲਾਜ਼ਮੀ ਤੌਰ 'ਤੇ ਹਾਸਲ ਕੀਤਾ ਜਾਵੇ। ਉਸ ਵੇਲੇ ਤੋਂ ਬਾਰਡਰ ਏਜੰਟ 11,000 ਫੋਨ ਜਾਂ ਲੈਪਟਾਪਾਂ ਦੀ ਤਲਾਸ਼ੀ ਲੈ ਚੁੱਕੇ ਨੇ। ਹੁਣ ਕੈਨੇਡੀਅਨ ਨਾਗਰਿਕਾਂ ਦੇ ਹੱਕ ਵਿੱਚ ਆਏ ਫੈਸਲੇ ਵਿਰੁੱਧ ਟਰੂਡੋ ਸਰਕਾਰ ਕੀ ਰੁੱਖ ਇਖਤਿਆਰ ਕਰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਜ਼ਿਕਰ ਖਾਸ ਹੈ ਕਿ ਕਸਟਮ ਐਕਟ ਅਧੀਨ ਕੈਨੇਡਾ ਬਾਰਡਰ ਸਰਵਿਸ ਏਜੰਸੀ ਅਫਸਰਾਂ ਕੋਲ ਸਰਹੱਦ ਪਾਰ ਕਰਨ ਵਾਲੇ ਸਾਰੇ ਸਮਾਨ ਦੀ ਜਾਂਚ ਕਰਨ ਦਾ ਅਧਿਕਾਰ ਹੈ। ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਸਮਾਨ ਦੀ ਤਰ੍ਹਾਂ ਤੁਹਾਡੇ ਸੈੱਲਫੋਨਾਂ, ਟੈਬਲੇਟਾਂ, ਲੈਪਟਾਪਾਂ ਅਤੇ ਕਿਸੇ ਹੋਰ ਡਿਜੀਟਲ ਡਿਵਾਈਸ ਦੀ ਜਾਂਚ ਕੀਤੀ ਜਾ ਸਕਦੀ ਹੈ। CBSA ਅਧਿਕਾਰੀ ਇਮੀਗ੍ਰੇਸ਼ਨ ਅਤੇ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੇ ਤਹਿਤ ਕਿਸੇ ਯਾਤਰੀ ਦੇ ਨਿੱਜੀ ਡਿਜੀਟਲ ਡਿਵਾਈਸ ਦੀ ਜਾਂਚ ਵੀ ਕਰ ਸਕਦੇ ਨੇ। ਇੱਕ ਨਿੱਜੀ ਡਿਜੀਟਲ ਡਿਵਾਈਸ ਨੂੰ ਕਿਸੇ ਵੀ ਡਿਵਾਈਸ ਵਜੋਂ ਪ੍ਰਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਦੇ ਵਿੱਚ ਡਿਜੀਟਲ ਡੇਟਾ ਸਟੋਰ ਕੀਤਾ ਜਾ ਰਿਹਾ ਹੈ, ਜਿਵੇਂ ਕਿ ਸੈੱਲਫੋਨ, ਸਮਾਰਟਫੋਨ, ਕੰਪਿਊਟਰ, ਟੈਬਲੇਟਸ, ਹਟਾਉਣਯੋਗ ਮੀਡੀਆ, ਡਰਾਈਵ, ਕੈਮਰਾਜ਼, ਸਮਾਰਟ ਵਾਚਿਸ, ਕਈ ਹੋਰ ਡਿਵਾਈਸ ਜੋ ਡਿਜੀਟਲ ਡੇਟਾ ਨੂੰ ਸਟੋਰ ਕਰਨ ਦੇ ਸਮਰੱਥ ਹੁੰਦੀਆਂ ਨੇ ਉਹ ਵੀ ਇਸ ਵਿੱਚ ਸ਼ਾਮਿਲ ਹੁੰਦੀਆਂ ਨੇ। ਕੈਨੇਡਾ ਭਰ ਦੇ ਵਿੱਚ ਕਈ ਅਜਿਹੇ ਸੂਬੇ ਨੇ ਜਿੱਥੇ ਲਗਾਤਾਰ
ਘਰਾਂ ਦੇ ਕਿਰਾਏ ਵੱਧ ਰਹੇ ਨੇ ਤੇ ਲੋਕਾਂ ਵਾਸਤੇ ਘਰ ਖਰੀਦਣਾ ਇੱਕ ਮੁਸ਼ਕਲ ਵਿਸ਼ਾ ਬਣਦਾ ਜਾ ਰਿਹਾ ਹੈ। ਇੱਥੋਂ ਤੱਕ ਕਿ ਕਿਰਾਏ ਦੇ ਉੱਤੇ ਵੀ ਘਰ ਖਰੀਦਣਾ ਬੇਹੱਦ ਮੁਸ਼ਕਲ ਹੋ ਚੁੱਕਾ ਹੈ ਤੇ ਹੁਣ ਲੈਥਬ੍ਰਿਜ ਦੇ ਵਿੱਚ ਵੀ ਕਿਰਾਏ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ। ਕਿਰਾਏ ਦੀਆਂ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਲੈਥਬ੍ਰਿਜ ਦੇ ਵਿੱਚ ਰੈਂਟਲ ਅਪਾਰਟਮੈਂਟਸ ਦੇ ਵਿੱਚ 20% ਦਾ ਵਾਧਾ ਹੋਇਆ ਹੈ। ਬੀਤੀਆਂ ਗਰਮੀਆਂ ਤੋਂ ਕਿਰਾਏ ਦੀਆਂ ਕੀਮਤਾਂ ਵਿੱਚ ਲਗਭਗ 20% ਵਾਧਾ ਹੋਇਆ ਹੈ। ਬਹੁਤ ਸਾਰੇ ਲੈਥਬ੍ਰਿਜ ਨਿਵਾਸੀਆਂ ਲਈ ਕਿਫਾਇਤੀ ਰਿਹਾਇਸ਼ ਲੱਭਣਾ ਇੱਕ ਚੁਣੌਤੀ ਬਣ ਗਿਆ ਹੈ। rentals.ca ਅਤੇ ਅਰਬਨ ਨੇਸ਼ਨ ਦੀ ਇੱਕ ਰਿਪੋਰਟ ਦੇ ਅਨੁਸਾਰ ਲੈਥਬ੍ਰਿਜ ਵਿੱਚ ਇੱਕ ਕਿਰਾਏ ਦੀ ਯੂਨਿਟ ਦੀ ਕੀਮਤ ਬੀਤੇ ਸਾਲ ਵਿੱਚ 19.7% ਤੱਕ ਵੱਧ ਗਈ ਹੈ, ਜਿਸ ਨਾਲ ਦੱਖਣੀ ਅਲਬੋਟਾ ਸ਼ਹਿਰ ਕੈਨੇਡਾ ਵਿੱਚ 5ਵਾਂ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਭਾਈਚਾਰਾ ਬਣ ਗਿਆ ਹੈ। ਇਹ ਉਦੋਂ ਹੋਇਆ ਜਦੋਂ ਵਿਦਿਆਰਥੀ ਨਵੇਂ ਅਕੈਡਮਿਕ ਸਾਲ ਤੋਂ ਅਗਲੇ ਕੁਝ ਹਫ਼ਤਿਆਂ ਵਿੱਚ ਲੈਥਬ੍ਰਿਜ ਵਿੱਚ ਵਾਪਸ ਆਉਣਾ ਚਾਹੁੰਦੇ ਨੇ। ਯੂਨੀਵਰਸਿਟੀ ਆਫ ਲੈਥਬ੍ਰਿਜ ਹਾਊਸਿੰਗ ਸਰਵਿਸਿਜ਼ ਦੀ ਐਸੋਸੀਏਟ ਡਾਇਰੈਕਟਰ ਲੌਰਾ ਕੋਰੀਅਲ ਦਾ ਕਹਿਣਾ ਹੈ ਕਿ ਆਫ ਕੈਂਪਸ ਬਾਜ਼ਾਰਾਂ ਨੇ ਡੋਮ ਕਮਰਿਆਂ ਦੀ ਮਹੱਤਵਪੂਰਨ ਮੰਗ ਪੈਦਾ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਬਹੁਤ ਸਾਰੇ ਵਿਦਿਆਰਥੀ ਕੈਂਪਸ ਵਿੱਚ ਆ ਰਹੇ ਨੇ, ਰਹਿਣ ਲਈ ਜਗ੍ਹਾ ਲੱਭ ਰਹੇ ਨੇ ਅਤੇ ਇਸ ਲਈ ਸਾਡੇ ਕੈਂਪਸ ਵੀ ਭਰ ਗਏ ਨੇ। ਹਾਲਾਂਕਿ ਉਹਨਾਂ ਦਾ ਇਹ ਵੀ ਕਹਿਣਾ ਸੀ ਵਿਦਿਆਰਥੀ ਕੈਂਪਸ ਤੋਂ ਬਾਹਰ ਦੇਖਦੇ ਹੋਏ ਵੀ ਰਹਿਣ ਲਈ ਕੋਈ ਹੋਰ ਜਗ੍ਹਾ ਲੱਭਣ ਵਿੱਚ ਅਸਮਰੱਥ ਹੁੰਦੇ ਨੇ। ਇਸ ਦੌਰਾਨ ਲੈਥਬ੍ਰਿਜ ਹਾਊਸਿੰਗ ਅਥਾਰਟੀ ਦੇ ਰੌਬਿਨ ਜੇਮਸ ਦਾ ਕਹਿਣਾ ਸੀ ਕਿ ਵੱਧਦੀਆਂ ਲਾਗਤਾਂ ਕਿਰਾਏਦਾਰਾਂ ਵਾਂਗ ਮਕਾਨ ਮਾਲਕਾਂ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਨੇ। ਜਿਵੇਂ ਖਰਚੇ ਵੱਧਦੇ ਨੇ ਉਵੇਂ ਹੀ ਕਿਰਾਇਆ ਵੀ ਵੱਧ ਰਿਹਾ ਹੈ। ਬਹੁਤ ਸਾਰੇ ਮਕਾਨ ਮਾਲਕ ਆਪਣੇ ਵਿੱਤ ਦਾ ਪ੍ਰਬੰਧਨ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਕੋਲ ਗਿਰਵੀਨਾਮੇ ਨੇ ਅਤੇ ਉਹ ਟੈਕਸ ਵੀ ਅਦਾ ਕਰਦੇ ਨੇ, ਇਸ ਲਈ ਇਹ ਜਾਣਦੇ ਨੇ ਕਿ ਉਹ ਚੀਜ਼ਾਂ ਪਾਸ ਹੋਣ ਜਾ ਰਹੀਆਂ ਨੇ। ਦੱਸ ਦਈਏ ਕਿ ਅਲਬਰਟਾ ਵਿੱਚ ਯੂਨਿਟ ਦੇ ਆਕਾਰ ਦੇ ਆਧਾਰ ਤੇ ਬੀਤੇ ਸਾਲ ਦੇ ਮੁਕਾਬਲੇ ਕਿਰਾਏ ਦੀ ਮੰਗ ਦੀਆਂ ਕੀਮਤਾਂ ਵਿੱਚ 12.8 ਅਤੇ 23.1% ਦੇ ਵਿਚਾਲੇ ਵਾਧਾ ਵੇਖਿਆ ਗਿਆ ਹੈ। ਸਸਕੈਚੁਆਨ ਦੇ ਵਿੱਚ ਜੇਲ੍ਹ ਦੇ ਵਿੱਚ ਮਹਿਲਾਵਾਂ ਭੁੱਖ ਹੜਤਾਲ ਤੇ ਬੈਠ ਚੁੱਕੀਆਂ ਨੇ। ਪਾਈਨ ਗਰੋਵ ਸੁਧਾਰ ਕੇਂਦਰ ਦੇ ਵਿਖੇ ਭੁੱਖ ਹੜਤਾਲ ਚੱਲ ਰਹੀ ਹੈ। ਸਥਿਤੀਆਂ ਬਾਰੇ ਚਿੰਤਾ ਜ਼ਾਹਿਰ ਕੀਤੀ ਗਈ ਹੈ। ਐਡਵੋਕੇਟ ਜਾਗਰੂਕਤਾ ਅਤੇ ਹੱਲ ਦੇ ਲਈ ਕੰਮ ਕਰ ਰਹੇ ਨੇ। ਦੱਸਿਆ ਜਾਂਦਾ ਹੈ ਕਿ ਮਹਿਲਾਵਾਂ ਜੇਲ੍ਹ ਦੇ ਅੰਦਰ ਮਿਲਣ ਵਾਲੀਆਂ ਸੁਵਿਧਾਵਾਂ ਤੋਂ ਨਾਖੁਸ਼ ਨੇ ਤੇ ਉਹਨਾਂ ਨੇ ਭੁੱਖ ਹੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਕਿਹਾ ਹੈ ਕਿ ਜਦੋਂ ਤੱਕ ਇਹ ਸਹੂਲਤਾਂ ਨਹੀਂ ਮਿਲਦੀਆਂ ਉਹ ਇਸੇ ਤਰ੍ਹਾਂ ਭੁੱਖ ਹੜਤਾਲ ਤੇ ਬੈਠੀਆਂ ਰਹਿਣਗੀਆਂ। ਸਸਕੈਚੁਆਨ ਦੇ ਲੋਕਪਾਲ ਦੁਆਰਾ ਪ੍ਰਿੰਸ ਐਲਬਰਟ ਵਿੱਚ ਪਾਈਨ ਗਰੋਵ ਸੁਧਾਰ ਕੇਂਦਰ ਬਾਰੇ ਸ਼ਿਕਾਇਤਾਂ ਲਈ ਇੱਕ ਕਾਲ ਕਰਨ ਤੋਂ ਕੁਝ ਦਿਨ ਬਾਅਦ ਕਈ ਔਰਤਾਂ ਨੇ ਸੁਵਿਧਾ ਦੀਆਂ ਸਥਿਤੀਆਂ ਦੇ ਵਿਰੋਧ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਇੱਕ ਕੈਦੀਆਂ ਦੇ ਵਕੀਲ ਅਤੇ ਬਿਓਰ ਪ੍ਰਿਜ਼ਨ ਵਾਲਜ਼ ਕੈਨੇਡਾ ਦੇ ਸੰਸਥਾਪਕ ਦੇ ਮੁਤਾਬਕ ਸੁਵਿਧਾ ਦੇ ਯੂਨਿਟ 4 ਵਿੱਚ ਔਰਤਾਂ ਨੇ ਅਗਸਤ ਦੀ ਸ਼ੁਰੂਆਤ ਵਿੱਚ ਆਪਣੀਆਂ ਟ੍ਰੇਆਂ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ। ਸ਼ੈਰੀ ਗੋਰਡਨ ਦਾ ਕਹਿਣਾ ਸੀ ਕਿ ਪਾਣੀ ਜ਼ਰੂਰੀ ਹੈ ਅਤੇ ਇਹਨਾਂ ਔਰਤਾਂ ਨੂੰ ਸਾਫ਼ ਪਾਣੀ ਦੀ ਪਹੁੰਚ ਹੋਣੀ ਚਾਹੀਦੀ ਹੈ ਪਰ ਨਹੀਂ ਦਿੱਤੀ ਜਾ ਰਹੀ। ਔਰਤਾਂ ਹਜੇ ਵੀ ਬਿਮਾਰ ਹੋ ਰਹੀਆਂ ਨੇ ਤੇ ਖੋਪੜੀ ਤੇ ਫਲੈਕਸ ਅਤੇ ਉਹਨਾਂ ਦੀ ਚਮੜੀ ਤੇ ਫੋੜੇ ਹੋ ਰਹੇ ਨੇ। ਸਾਬਕਾ ਕੈਦੀ ਫੇਥ ਈਗਲ ਦਾ ਕਹਿਣਾ ਹੈ ਕਿ 2022 ਅਤੇ 2023 ਵਿੱਚ ਉਸਦੀ ਭੁੱਖ ਹੜਤਾਲ ਤੋਂ ਬਾਅਦ ਵਿੱਚ ਬਹੁਤਾ ਸੁਧਾਰ ਨਹੀਂ ਹੋਇਆ ਸੀ। ਈਗਲ ਮੁਤਾਬਕ ਉਹ ਜੋ ਉੱਥੋਂ ਸੁਣ ਰਹੇ ਨੇ ਉਹ ਇਹ ਹੈ ਕਿ ਆਪਣੇ ਬਜ਼ੁਰਗਾਂ ਨੂੰ ਮਿਲਣ ਦੇ ਯੋਗ ਨਹੀਂ ਹਨ ਅਤੇ ਉਹਨਾਂ ਦੇ ਸੱਭਿਆਚਾਰਕ ਅਧਿਕਾਰਾਂ ਦੀ ਉਲੰਘਣਾ ਹੈ। ਪਾਣੀ ਬਾਰੇ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਨੇ ਅਤੇ ਕੈਦੀ ਸਿਰਫ ਸਾਫ਼ ਪਾਣੀ ਚਾਹੁੰਦੇ ਨੇ। ਜੇਕਰ ਸਟਾਫ ਨੂੰ ਨਿੰਬਸ ਦਾ ਪਾਣੀ ਮਿਲ ਸਕਦਾ ਹੈ ਤਾਂ ਕੈਦੀਆਂ ਨੂੰ ਕਿਉਂ ਨਹੀਂ।
ਜੁਲਾਈ ਦੇ ਅੰਤ ਵਿੱਚ ਓਮਬਡਸਮੈਨ ਸ਼ੈਰਨ ਪ੍ਰੈਚਲਰ ਨੇ ਕਿਹਾ ਕਿ ਉਹ ਉਹਨਾਂ ਲੋਕਾਂ ਤੋਂ ਸੁਣਨਾ ਚਾਹੁੰਦੇ ਨੇ ਜੋ ਪਾਈਨ ਗਰੋਵ ਵਿਖੇ ਤਜ਼ਰਬਿਆਂ ਜਾਂ ਸਥਿਤੀਆਂ ਦੁਆਰਾ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਹੋਏ ਨੇ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਦਫ਼ਤਰ ਨੂੰ ਕੀਤੀਆਂ ਸ਼ਿਕਾਇਤਾਂ ਦੁਆਰਾ ਮਹੱਤਵਪੂਰਨ ਚਿੰਤਾਵਾਂ ਤੋਂ ਜਾਣੂ ਹਾਂ ਅਤੇ ਫੈਸਲਾ ਕੀਤਾ ਹੈ ਕਿ ਇਹ ਜਾਂਚ ਕਰਨਾ ਜਨਤਕ ਹਿੱਤ ਵਿੱਚ ਹੈ। ਈਗਲ ਜੋ ਜੇਲ੍ਹਾਂ ਦੀਆਂ ਕੰਧਾਂ ਤੋਂ ਪਰੇ ਵਿੱਚ ਸ਼ਾਮਿਲ ਨੇ, ਉਹਨਾਂ ਦਾ ਕਹਿਣਾ ਹੈ ਕਿ ਉਸ ਨੂੰ ਕੇਂਦਰ ਵਿੱਚ ਆਪਣਾ ਤਜ਼ਰਬਾ ਸਾਂਝਾ ਕਰਨ ਲਈ ਓਮਬਡਸਮੈਨ ਦੇ ਦਫ਼ਤਰ ਦੁਆਰਾ ਸੰਪਰਕ ਕੀਤਾ ਗਿਆ ਸੀ। ਇੱਕ ਈਮੇਲ ਦੇ ਜਵਾਬ ਵਿੱਚ ਸੈਸਕ ਬਿਲਸ ਐਂਡ ਪ੍ਰੋਕਿਊਰਮੈਂਟ ਨੇ ਕਿਹਾ ਕਿ ਸਿਟੀ ਆਫ ਪ੍ਰਿੰਸ ਐਲਬਰਟ ਪਾਈਨ ਗਰੋਵ ਸੁਧਾਰ ਕੇਂਦਰ ਨੂੰ ਪੀਣਯੋਗ ਪਾਣੀ ਦੀ ਸਪਲਾਈ ਕਰਦਾ ਹੈ ਅਤੇ ਮੰਤਰਾਲੇ ਨੂੰ ਪਾਣੀ ਦੀ ਕੁਆਲਿਟੀ ਦੇ ਨਾਲ ਕਿਸੇ ਵੀ ਮੁੱਦੇ ਬਾਰੇ ਪਤਾ ਨਹੀਂ ਹੈ। ਉਹਨਾਂ ਕਿਹਾ ਕਿ ਫਰਵਰੀ ਦੇ ਅੰਤ ਵਿੱਚ ਕਰਵਾਈ ਗਈ ਪਾਣੀ ਦੀ ਜਾਂਚ ਸਸਕੇਚਵਾਨ ਪੀਣ ਵਾਲੇ ਪਾਣੀ ਦੀਆਂ ਗਾਈਡਲਾਈਨਾਂ ਦੇ ਅੰਦਰ ਆਉਂਦੀ ਏ। ਸੁਧਾਰ ਪੁਲਿਸ ਅਤੇ ਜਨਤਕ ਸੁਰੱਖਿਆ ਮੰਤਰਾਲੇ ਦੇ ਮੁਤਾਬਕ 5 ਕੈਦੀਆਂ ਨੇ 2 ਅਗਸਤ ਨੂੰ ਆਪਣੇ ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਦੀਆਂ ਟ੍ਰੇਆਂ ਤੋਂ ਇਨਕਾਰ ਕਰ ਦਿੱਤਾ। ਇੱਕ ਨੇ 5 ਅਗਸਤ ਨੂੰ ਉਸਦੀ ਟ੍ਰੇ ਤੋਂ ਇਨਕਾਰ ਕਰ ਦਿੱਤਾ ਅਤੇ ਸਾਰੇ ਕੈਦੀ 6 ਅਗਸਤ ਤੋਂ ਆਪਣੀਆਂ ਟ੍ਰੇਆਂ ਨੂੰ ਸਵੀਕਾਰ ਕਰ ਰਹੇ ਨੇ। ਈਗਲ ਅਤੇ ਗੋਰਡਨ ਨੇ ਕੈਦੀ ਨਿਆਂ ਦਿਵਸ ਲਈ ਸ਼ਨੀਵਾਰ ਨੂੰ ਸਵੇਰੇ 10 ਵਜੇ ਸਸਕੈਚਵਾਨ ਲੈਜਿਸਲੇਟਿਵ ਬਿਲਡਿੰਗ ਵਿਖੇ ਹੋਣ ਦੀ ਯੋਜਨਾ ਬਣਾਈ ਤਾਂ ਕਿ ਸਲਾਖਾਂ ਪਿੱਛੇ ਗੁਆਚੀਆਂ ਜਾਨਾਂ ਦਾ ਸਨਮਾਨ ਕੀਤਾ ਜਾ ਸਕੇ। ਈਗਲ ਦਾ ਕਹਿਣਾ ਹੈ ਕਿ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਹਰ ਕਿਸੇ ਨੂੰ ਸੁਣਿਆ ਗਿਆ ਹੈ, ਹਰ ਕਿਸੇ ਨੂੰ ਯਾਦ ਕੀਤਾ ਗਿਆ, ਕੋਈ ਵੀ ਭੁੱਲਿਆ ਨਹੀਂ ਹੈ। ਉਹਨਾਂ ਦੀਆਂ ਆਵਾਜ਼ਾਂ ਹਜੇ ਵੀ ਇੱਥੇ ਨੇ, ਅਸੀਂ ਉਹਨਾਂ ਦੀ ਆਵਾਜ਼ ਬਣਾਂਗੇ ਅਤੇ ਅਸੀਂ ਅੱਗੇ ਵੱਧਦੇ ਰਹਾਂਗੇ। ਓਨਟਾਰੀਓ ਵਾਸੀਆਂ ਲਈ ਬੇਹੱਦ ਖੁਸ਼ੀ ਦੀ ਖਬਰ ਹੈ। ਓਨਟਾਰੀਓ ਦੇ ਵਿੱਚ ਆਉਂਦੀ 5 ਸਤੰਬਰ ਤੋਂ ਕਨਵੀਨੀਅੰਸ ਸਟੋਰ ਬੀਅਰ ਅਤੇ ਵਾਈਨ ਦੀ ਵਿਕਰੀ ਕਰ ਸਕਣਗੇ, ਪਰ 7-Eleven ਨੇ ਇੱਕ ਕਦਮ ਅੱਗੇ ਵਧਾਇਆ ਹੈ। ਗਾਹਕਾਂ ਨੂੰ ਸਟੋਰਾਂ ਵਿੱਚ ਹੀ ਬੈਠ ਕੇ ਬੀਅਰ ਪੀਣ ਦੀ ਇਜਾਜ਼ਤ ਦੇਣ ਦਾ ਫੈਸਲਾ ਲੈ ਲਿਆ। ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਓਨਟਾਰੀਓ ਵਿੱਚ 7-Eleven ਦੇ ਤਕਰੀਬਨ ਹਰ ਸਟੋਰ ਨੂੰ ਬੀਅਰ ਵੇਚਣ ਦਾ ਲਾਇਸੈਂਸ ਮਿਲ ਚੁੱਕਾ ਹੈ, ਪਰ ਸੂਬੇ ਦੇ ਕੁਝ ਲੋਕ ਕਨਵੀਨੀਅੰਸ ਸਟੋਰਾਂ ਨੂੰ ਅਹਾਤਾ ਬਣਾਉਣ ਦੇ ਪੱਖ ਵਿੱਚ ਨਹੀਂ। 7-Eleven ਕੈਨੇਡਾ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਜਨਰਲ ਮੈਨੇਜਰ ਮਾਰਕ ਗੁੱਡਮੈਨ ਦਾ ਕਹਿਣਾ ਹੈ ਕਿ ਉਹਨਾਂ ਦਾ ਅਦਾਰਾ ਸਭ ਤੋਂ ਪਹਿਲਾਂ ਇੱਕ ਰੈਸਟੋਰੈਂਟ ਹੈ ਜੋ ਕਨਵੀਨੀਅੰਸ ਸਟੋਰ ਵਾਲੀਆਂ ਚੀਜ਼ਾਂ ਵੇਚਦਾ ਹੈ। 7-Eleven ਦੇ ਸਟੋਰਾਂ 'ਤੇ ਖਾਣ ਲਈ ਤਿਆਰ ਬਰ ਤਿਆਰ ਚਿਕਨ ਵਿਕਣਾ ਸ਼ੁਰੂ ਹੋ ਚੁੱਕਾ ਹੈ ਅਤੇ ਹੋਰ ਕਈ ਰੈਡੀ ਟੂ ਈਟ ਚੀਜ਼ਾਂ ਵੀ ਮਿਲਦੀਆਂ ਨੇ। ਹੁਣ ਰਵਾਇਤੀ ਕਨਵੀਨੀਅੰਸ ਸਟੋਰਾਂ ਵਾਲਾ ਜ਼ਮਾਨਾ ਲੰਘ ਚੁੱਕਾ ਹੈ ਅਤੇ ਇਹ ਖੇਤਰ ਨਵਾਂ ਆਕਾਰ ਲੈ ਰਿਹਾ ਹੈ। ਦੂਜੇ ਪਾਸੇ ਓਨਟਾਰੀਓ ਸਰਕਾਰ ਵੱਲੋਂ ਦਿੱਤੇ ਲਾਇਸੈਂਸ ਤਹਿਤ 7-Eleven ਸਟੋਰਾਂ ਵਿੱਚ ਲੱਗੇ ਫੂਡ ਟੇਬਲਸ 'ਤੇ ਐਲਕੋਹੋਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਗਾਹਕਾਂ ਨੂੰ ਬਾਹਰੋਂ ਐਲਕੋਹੋਲ ਲਿਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਲਿਕਰ ਲਾਇਸੈਂਸ ਦੀਆਂ ਸ਼ਰਤਾਂ ਤਹਿਤ ਸਟੋਰ ਵਿੱਚ ਘੱਟੋ ਘੱਟ 10 ਜਾਣਿਆਂ ਦੇ ਬੈਠਣ ਦੀ ਜਗ੍ਹਾ ਹੋਵੇ ਜੋ ਬਾਕੀ ਸਟੋਰ ਤੋਂ ਵੱਖਰੀ ਹੋਣੀ ਚਾਹੀਦੀ ਹੈ। ਇਸ ਜਗ੍ਹਾ ਨੂੰ 1 ਮੀਟਰ ਉੱਚੀ ਕੰਧ ਰਾਹੀਂ ਬਾਕੀ ਸਟੋਰ ਤੋਂ ਵੱਖ ਕਰਨਾ ਪਵੇਗਾ ਅਤੇ ਤੈਅਸ਼ੁਦਾ ਖੇਤਰ ਵਿੱਚ ਰੋਜ਼ਾਨਾ ਦੁਪਹਿਰ ਤੋਂ ਰਾਤ 11 ਵਜੇ ਤੱਕ ਬੀਅਰ ਅਤੇ ਵਾਈਨ ਸਰਵ ਕੀਤੀ ਜਾ ਸਕਦੀ ਹੈ। ਇਸ ਦੌਰਾਨ ਮਾਰਕ ਗੁੱਡਮੈਨ ਨੇ ਕਿਹਾ ਕਿ ਬੀਅਰ ਜਾਂ ਵਾਈਨ ਖਰੀਦਣ ਦਾ ਇੱਛੁਕ ਕੋਈ ਵੀ ਗਾਹਕ ਸਹੂਲਤਾਂ ਚਾਹੁੰਦਾ ਹੈ ਅਤੇ 7-Eleven ਵਿੱਚ ਬੈਠ ਕੇ ਬੀਅਰ ਪੀਣ ਦੀ ਸਹੂਲਤ ਉਹਨਾਂ ਨੂੰ ਦਿੱਤੀ ਜਾ ਰਹੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਓਨਟਾਰੀਓ ਵਿੱਚ 7-Eleven ਦੇ 59 ਸਟੋਰਾਂ ਵਿੱਚੋਂ 58 'ਤੇ 5 ਸਤੰਬਰ ਤੋਂ ਬੀਅਰ ਅਤੇ ਵਾਈਨ ਦੀ ਵਿਕਰੀ ਸ਼ੁਰੂ ਹੋ ਰਹੀ ਹੈ।
ਸਿਰਫ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਵਾਲੇ ਸਟੋਰ ਤੇ ਅਲਕੋਹਲ ਦੀ ਇਜਾਜ਼ਤ ਨਹੀਂ ਦਿੱਤੀ ਗਈ। ਗੁਡਮੈਨ ਨੇ ਦੱਸਿਆ ਹੈ ਕਿ ਸਿਰਫ ਓਂਟਾਰੀਓ ਹੀ ਨਹੀਂ ਸਗੋਂ ਅਗਲੇ ਸਾਲ ਕੈਨੇਡਾ ਦੇ ਕਈ ਰਾਜਾਂ ਵਿੱਚ 7-11 ਸਟੋਰਾਂ ਤੇ ਅਲਕੋਹਲ ਦੀ ਵਿਕਰੀ ਸ਼ੁਰੂ ਕੀਤੀ ਜਾ ਰਹੀ ਹੈ। ਗੁਡਮੈਨ ਨੂੰ ਜਦੋਂ ਕੀਮਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬਾਜ਼ਾਰ ਵਿੱਚ ਮੁਕਾਬਲੇਬਾਜ਼ੀ ਨੂੰ ਵੇਖਦਿਆਂ ਯੋਜਨਾਬੱਧ ਤਰੀਕੇ ਨਾਲ ਅੱਗੇ ਵਧਿਆ ਜਾਵੇਗਾ। ਅਲਬਰਟਾ ਵਿੱਚ 7-11 ਦੇ 20 ਸਟੋਰਾਂ ਦੇ ਅਲਕੋਹਲ ਦੀ ਵਿਕਰੀ ਕੀਤੀ ਜਾ ਰਹੀ ਹੈ। ਉਧਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਕਨਵੀਨੀਅੰਸ ਸਟੋਰਾਂ ਤੇ ਬੀਅਰ ਦੀ ਵਿਕਰੀ ਨਾਲ ਅਪਰਾਧ ਘਟਾਉਣ ਵਿੱਚ ਕੋਈ ਮਦਦ ਨਹੀਂ ਮਿਲੇਗੀ। ਬੀਤੇ ਕੁਝ ਦਿਨ ਪਹਿਲਾਂ ਇਹ ਖਬਰ ਸਾਹਮਣੇ ਆਈ ਸੀ ਕਿ ਕੈਨੇਡਾ ਭਰ ਦੇ ਵਿੱਚ ਰੇਲ ਕਾਮਿਆਂ ਦੀ ਹੜਤਾਲ ਹੋ ਸਕਦੀ ਹੈ ਤੇ ਹੁਣ ਇਸ ਖਬਰ ਦੀ ਪੁਸ਼ਟੀ ਹੁੰਦੀ ਹੋਈ ਵਿਖਾਈ ਦੇ ਰਹੀ ਹੈ, ਮੋਹਰ ਲੱਗਦੀ ਨਜ਼ਰ ਆ ਰਹੀ ਹੈ। ਦਰਅਸਲ ਲੇਬਰ ਬੋਰਡ ਦੇ ਵੱਲੋਂ ਕੰਮ ਨੂੰ ਗੈਰ ਜ਼ਰੂਰੀ ਕਹਿਣ ਤੋਂ ਬਾਅਦ ਰੇਲ ਕਾਮੇ ਨਾਰਾਜ਼ ਹੋ ਗਏ ਨੇ ਤੇ ਇਸੇ ਹੀ ਮਹੀਨੇ 22 ਅਗਸਤ ਨੂੰ ਉਹਨਾਂ ਦੀ ਰੇਲ ਹੜਤਾਲ ਸ਼ੁਰੂ ਹੋ ਸਕਦੀ ਹੈ। ਜਿਵੇਂ ਕਿ ਗੱਲਬਾਤ ਦੀ ਘੜੀ ਅੱਗੇ ਵੱਧ ਰਹੀ ਹੈ, ਦੇਸ਼ ਦੇ 2 ਮੁੱਖ ਰੇਲਵੇ ਇੱਕ ਫੈਸਲੇ ਤੋਂ ਬਾਅਦ 2 ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਦੇਸ਼ ਵਿਆਪੀ ਹੜਤਾਲ ਜਾਂ ਫਿਰ ਲੋਕਡਾਊਨ ਲਈ ਸੈੱਟ ਕੀਤੇ ਗਏ ਨੇ ਕਿ ਉਹਨਾਂ ਦਾ ਕੰਮ ਜ਼ਰੂਰੀ ਸੇਵਾ ਦੇ ਬਰਾਬਰ ਨਹੀਂ ਹੈ। ਕੈਨੇਡੀਅਨ ਨੈਸ਼ਨਲ ਰੇਲਵੇ ਕੰਪਨੀ ਅਤੇ ਕੈਨੇਡੀਅਨ ਪੈਸੀਫਿਕ ਕੰਸਾਸ ਸਿਟੀ ਲਿਮਿਟਿਡ ਨੇ ਬੀਤੇ ਦਿਨ ਚੇਤਾਵਨੀ ਦਿੱਤੀ ਕਿ 22 ਅਗਸਤ ਨੂੰ ਲੋਕਡਾਊਨ ਕੀਤਾ ਜਾਵੇਗਾ ਜੇਕਰ ਉਹਨਾਂ ਦੇ ਕਰਮਚਾਰੀਆਂ ਨਾਲ ਨਵੇਂ ਇਕਰਾਰਨਾਮੇ ਨੂੰ ਸੁਰੱਖਿਅਤ ਨਹੀਂ ਕੀਤਾ ਜਾਂਦਾ। ਇਹ ਚੇਤਾਵਨੀਆਂ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਦੇ ਇਸ ਫੈਸਲੇ ਤੋਂ ਘੰਟਿਆਂ ਬਾਅਦ ਆਈਆਂ ਨੇ ਕਿ ਕੰਮ ਦੀ ਰੋਕ ਜਾਂ ਸਿਹਤ ਜਾਂ ਸੁਰੱਖਿਆ ਲਈ ਗੰਭੀਰ ਖਤਰਾ ਨਹੀਂ ਹੋਵੇਗੀ। ਗੇਟ ਨੂੰ ਪੂਰੀ ਹੜਤਾਲ ਜਾਂ ਲੋਕਡਾਊਨ ਲਈ ਖੋਲ੍ਹਿਆ ਜਾਵੇਗਾ। ਜੇਕਰ ਕੋਈ ਵੀ ਅਜਿਹਾ ਹੁੰਦਾ ਹੈ ਤਾਂ ਫਿਰ CN ਜਾਂ CPKC ਦੇ ਕਰਮਚਾਰੀਆਂ ਨੂੰ ਮੁੱਖ ਵਸਤੂਆਂ ਜਿਵੇਂ ਕਿ ਪਾਣੀ ਲਈ ਕਲੋਰੀਨ ਅਤੇ ਦੇਖਭਾਲ ਕੇਂਦਰਾਂ ਲਈ ਪ੍ਰੋਪੇਨ ਸਮੇਤ ਸਮਾਨ ਦੀ ਢੋਆ ਢੁਆਈ ਜਾਰੀ ਰੱਖਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। CN ਅਤੇ CPKC ਦੇ ਲਗਭਗ 9,300 ਕੰਡਕਟਰ, ਇੰਜੀਨੀਅਰ ਅਤੇ ਯਾਰਡ ਵਰਕਰ ਮਹੀਨਿਆਂ ਤੋਂ ਨਵੇਂ ਸਮੂਹਿਕ ਸਮਝੌਤਿਆਂ ਦੀ ਇੱਕ ਜੋੜੀ ਦੇ ਸੌਦੇਬਾਜ਼ੀ ਕਰ ਰਹੇ ਨੇ। ਲੇਬਰ ਟ੍ਰਿਬਿਊਨਲ ਨੇ ਬੀਤੇ ਦਿਨ ਦੋਹਰੇ ਫੈਸਲਿਆਂ ਦੇ ਹਿੱਸੇ ਵਜੋਂ 13 ਦਿਨਾਂ ਦੀ ਕੂਲਿੰਗ ਆਫ ਪੀਰੀਅਡ ਦਾ ਆਦੇਸ਼ ਦਿੱਤਾ। ਜੇਕਰ ਨਵੇਂ ਸੌਦਿਆਂ ਤੱਕ ਨਹੀਂ ਪਹੁੰਚਿਆ ਜਾ ਸਕਦਾ ਤਾਂ ਦੇਸ਼ ਵਿਆਪੀ ਤਾਲਾਬੰਦੀ ਜਾਂ ਕਰਮਚਾਰੀਆਂ ਦੁਆਰਾ ਹੜਤਾਲਾਂ ਟੀਮਸਟਰਜ਼ ਕੈਨੇਡਾ ਰੇਲ ਕਾਨਫਰੰਸ ਦੁਆਰਾ ਦਰਸਾਈਆਂ ਗਈਆਂ 22 ਅਗਸਤ ਤੋਂ ਜਲਦੀ ਸ਼ੁਰੂ ਹੋ ਸਕਦੀਆਂ ਨੇ। ਬੀਤੀ ਦੇਰ ਦੁਪਹਿਰ ਕੈਨੇਡੀਅਨ ਪੈਸੀਫਿਕ ਨੇ ਕਿਹਾ ਹੈ ਕਿ 22 ਅਗਸਤ ਦੀ ਅੱਧੀ ਰਾਤ ਤੋਂ 1 ਮਿੰਟ ਬਾਅਦ 3300 ਕਰਮਚਾਰੀਆਂ ਨੂੰ ਲੋਕਡਾਊਨ ਕਰ ਦੇਣਗੇ ਜੇਕਰ ਕੋਈ ਸੌਦਾ ਸੁਰੱਖਿਅਤ ਨਹੀਂ ਹੋਇਆ। ਕੰਪਨੀ ਨੇ ਸਪਲਾਈ ਚੇਨ ਸਥਿਰਤਾ ਦਾ ਹਵਾਲਾ ਦਿੰਦੇ ਹੋਏ ਇੱਕ ਰਿਲੀਜ਼ ਵਿੱਚ ਕਿਹਾ, ਜੇਕਰ ਵਿਸਤ੍ਰਿਤ ਕੂਲਿੰਗ ਆਫ ਪੀਰੀਅਡ ਵਿੱਚ ਸੌਦੇਬਾਜ਼ੀ ਦੌਰਾਨ ਕੋਈ ਹੱਲ ਨਹੀਂ ਹੁੰਦਾ ਅਤੇ TCRC ਬਾਇੰਡਿੰਗ ਵਿਆਜ ਸੌਲਸੀ ਤੋਂ ਇਨਕਾਰ ਕਰਨਾ ਜਾਰੀ ਰੱਖਦਾ ਹੈ ਤਾਂ CPKC ਕੋਲ ਇਹ ਕਾਰਵਾਈ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੋਵੇਗਾ। CN ਨੇ ਫੈਡਰਲ ਸਰਕਾਰ ਨੂੰ ਬਾਇੰਡਿੰਗ ਆਰਬਿਟ੍ਰੇਸ਼ਨ ਲਾਗੂ ਕਰਨ ਲਈ ਕਿਹਾ, ਇਹ ਕਹਿੰਦੇ ਹੋਏ ਕਿ ਇਸਨੇ ਗੱਲਬਾਤ ਪ੍ਰਕਿਰਿਆ ਵਿੱਚ ਵਿਸ਼ਵਾਸ ਗਵਾ ਦਿੱਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇਸਦੇ ਨੈੱਟਵਰਕ ਦੇ ਇੱਕ ਪੜਾਵਾਰ ਬੰਦ ਹੋਣ ਨਾਲ 22 ਅਗਸਤ ਨੂੰ 6,000 ਕਰਮਚਾਰੀਆਂ ਦੇ ਤਾਲਾਬੰਦੀ ਵੀ ਹੋਵੇਗੀ। ਸ਼ਿਪਰਾਂ ਅਤੇ ਉਤਪਾਦਕਾਂ ਦਾ ਕਹਿਣਾ ਹੈ ਕਿ CN ਜਾਂ CPKC 'ਤੇ ਸੰਭਾਵੀ ਰੁਕਣਾ
ਜਾਂ ਫਿਰ ਇੱਕੋ ਸਮੇਂ 'ਚ ਦੋਵੇਂ ਚੀਜ਼ਾਂ ਹੋਣੀਆਂ, ਭਾੜੇ ਦੀ ਆਵਾਜਾਈ ਨੂੰ ਰੋਕ ਦੇਵੇਗਾ, ਬੰਦਰਗਾਹਾਂ ਨੂੰ ਰੋਕ ਦੇਵੇਗਾ ਅਤੇ ਉਦਯੋਗਾਂ ਨੂੰ ਵਿਗਾੜ ਦੇਵੇਗਾ। ਟ੍ਰਿਬਿਊਨਲ ਕੈਨੇਡੀਅਨ ਪੈਸੀਫਿਕ ਬਾਰੇ ਇੱਕ ਵੱਖਰੇ ਫੈਸਲੇ ਵਿੱਚ ਉਸੇ ਸਿੱਟੇ 'ਤੇ ਪਹੁੰਚਿਆ। ਕੈਨੇਡਾ ਦੀ ਰੇਲਵੇ ਐਸੋਸੀਏਸ਼ਨ ਦੇ ਮੁਤਾਬਿਕ ਕੈਨੇਡੀਅਨ ਰੇਲਵੇ ਹਰ ਸਾਲ ਲਗਭਗ 380 ਬਿਲੀਅਨ ਡਾਲਰ ਮੁੱਲ ਦੀਆਂ ਵਸਤੂਆਂ ਅਤੇ ਦੇਸ਼ ਦੇ ਕੁੱਲ ਨਿਰਯਾਤ ਦਾ ਅੱਧੇ ਤੋਂ ਵੱਧ ਹਿੱਸਾ ਲੈਂਦੀਆਂ ਨੇ। ਹੁਣ ਵੇਖਣਾ ਹੋਵੇਗਾ ਕਿ ਹੜਤਾਲ ਦੀ ਚੇਤਾਵਨੀ ਤੋਂ ਪਹਿਲਾਂ ਮਸਲੇ ਦਾ ਕੋਈ ਹੱਲ ਮਿਲਦਾ ਜਾਂ ਫਿਰ 22 ਅਗਸਤ ਨੂੰ ਹੜਤਾਲ ਪੱਕੀ ਕੀਤੀ ਜਾਂਦੀ ਹੈ। ਅੱਜ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਬਸ ਇੰਨਾ ਹੀ। ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ 'ਤੇ। ਜੁਲਾਈ ਮਹੀਨੇ ਬੇਰੁਜ਼ਗਾਰੀ ਦਰ 6.4% 'ਤੇ ਰਹੀ ਬਰਕਰਾਰ, ਅਰਥਚਾਰੇ ਨੇ ਗਵਾਈਆਂ 2800 ਨੌਕਰੀਆਂ। ਕੈਨੇਡਾ ਦੇ ਵਿੱਚ ਦਾਖਲ ਹੋਣ ਵਾਲਿਆਂ ਲਈ ਵੱਡੀ ਖਬਰ, ਮੋਬਾਈਲ ਲੈਪਟਾਪ ਦੀ ਤਲਾਸ਼ੀ ਨੂੰ ਗੈਰ ਸੰਵਿਧਾਨਿਕ ਕੀਤਾ ਕਰਾਰ। ਲੈਥਬ੍ਰਿਜ ਦੇ ਵਿੱਚ ਕਿਰਾਏ ਦੀਆਂ ਕੀਮਤਾਂ 'ਚ ਹੋ ਰਿਹਾ ਵਾਧਾ, ਲਗਭਗ 20% ਦਾ ਵਾਧਾ ਕੀਤਾ ਗਿਆ ਦਰਜ। ਪਾਈਨ ਗਰੂਵ ਸੁਧਾਰ ਕੇਂਦਰ 'ਚ ਚੱਲ ਰਹੀ ਭੁੱਖ ਹੜਤਾਲ, ਜੇਲ੍ਹ ਦੇ ਵਿੱਚ ਮਹਿਲਾ ਕੈਦੀਆਂ ਨੇ ਸ਼ੁਰੂ ਕੀਤੀ ਭੁੱਖ ਹੜਤਾਲ। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਕੱਲ੍ਹ ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ। ਧੰਨਵਾਦ।